ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਗਵਾੜਾ ਭਾਜਪਾ ਮੰਡਲ ਦੀ ਪ੍ਰਧਾਨਗੀ ਜੋ ਰੇੜਕਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹ ਹੁਣ ਖਤਮ ਹੋ ਚੁੱਕਾ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਪਿੰਡ ਦੀ ਸਰਪੰਚੀ ਪੰਚੀ ਬਲਾਕ ਸਮਤੀ ਅਤੇ ਮੌਜੂਦਾ ਲੰਬਰ ਅਤੇ ਮੌਜੂਦਾ ਐਮ ਸੀ ਵਜੋਂ ਲੋਕਾਂ ਦੀ ਸੇਵਾ ਕਰਦੇ ਆ ਰਹੇ ਇੱਕ ਜੱਟ ਸਿੱਖ ਪਰਿਵਾਰ ਅਤੇ ਖਾਸ ਤੌਰ 'ਤੇ ਪਿੰਡ ਚਾਚੋਗੀ ਤੋਂ ਪਰਮਜੀਤ ਸਿੰਘ ਚਾਚੋਗੀ 'ਤੇ ਇੱਕ ਬਹੁਤ ਵੱਡਾ ਜਿਹੜਾ ਵਿਸ਼ਵਾਸ ਭਾਜਪਾ ਵੱਲੋਂ ਜਿਤਾਇਆ ਗਿਆ ਆ। ਉਹਨਾਂ ਨੇ ਭਾਜਪਾ ਮੰਡਲ ਦਾ ਜਿਹੜਾ ਕਿ ਫਗਵਾੜਾ ਤੋਂ ਸ਼ਹਿਰੀ ਦਾ ਪ੍ਰਧਾਨ ਪਰਮਜੀਤ ਸਿੰਘ ਨੂੰ ਨਿਯੁਕਤ ਕੀਤਾ ਆ। ਆਓ ਗੱਲਬਾਤ ਕਰਦੇ ਹਾਂ ਪਰਮਜੀਤ ਸਿੰਘ ਚਾਚੋਗੀ ਨਾਲ। ਸਰ, ਜਿਹੜੀ ਭਾਜਪਾ ਪਾਰਟੀ ਹੈ ਸ਼ਹਿਰ ਦੀ ਪਾਰਟੀ ਮੰਨੀ ਜਾਂਦੀ ਹੈ, ਤੁਹਾਡਾ ਪਿਛੋਕੜ ਪਿੰਡਾਂ ਤੋਂ, ਤੁਸੀਂ ਜਿਹੜਾ ਕਿ ਪਿੰਡ ਅਤੇ ਸ਼ਹਿਰ ਦਾ ਫਰਕ ਕਿਸ ਤਰ੍ਹਾਂ ਤੈਅ ਕਰ ਰਹੇ ਹੋ? ਮੈਂ ਸਮਝਦਾ ਤੱਗੜ ਸਾਹਿਬ ਇਹ ਬੀਜੇਪੀ ਦੇ ਵਿੱਚ ਪਿੰਡ ਅਤੇ ਸ਼ਹਿਰ ਦਾ ਕੋਈ ਫਰਕ ਨਹੀਂ, ਔਰ ਇਹ ਜਿਹੜੇ ਵਰਕਰ ਨੇ ਉਹ ਸਾਰੇ ਇੱਕੋ ਜਿਹੇ ਨੇ। ਔਰ ਮੈਂ ਪਿਛਲੇ ਸਮੇਂ 'ਚ ਪਹਿਲਾਂ ਜਦੋਂ ਪਿੰਡ ਸੀ ਉਦੋਂ ਮੈਂ ਬਿਲਕੁਲ ਸ਼ਹਿਰ ਦੇ ਨਜ਼ਦੀਕ ਰਹਿੰਦਾ ਸੀ, ਇਸ ਕਰਕੇ ਹੁਣ ਮੈਂ ਪਿਛਲੇ 3 ਸਾਲ ਤੋਂ ਸ਼ਹਿਰ ਦੇ ਵਿੱਚ ਆਉਣ ਕਰਕੇ ਉੱਥੋਂ ਮੇਰੇ ਮਿਸਿਜ਼ ਕੌਂਸਲਰ ਵੀ ਆ, ਔਰ ਮੇਰਾ ਸਾਰੇ ਸ਼ਹਿਰ ਦੇ ਇਲਾਕੇ ਦੇ ਜਿਹੜੇ ਸੱਜਣ ਜਿਹੜੇ ਸਾਡੇ ਬੀਜੇਪੀ ਦੇ ਵਰਕਰ ਆ ਜਾਂ ਹੋਰ ਨੁਮਾਇੰਦੇ ਐਮ ਸੀ ਆ, ਉਹਨਾਂ ਨਾਲ ਮੇਰਾ ਪ੍ਰੋਪਰ ਤਾਲਮੇਲ ਆ, ਇਸ ਕਰਕੇ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਭਾਜਪਾ ਦੀ ਧੜੇਬੰਦੀ ਬੜੀ ਸਿਖਰਾਂ 'ਤੇ ਆ, ਕਿਉਂਕਿ ਪਿਛਲੀ ਲੋਕ ਸਭਾ ਇਲੈਕਸ਼ਨ ਵਿੱਚ ਤੁਸੀਂ ਡਟ ਕੇ ਵਿਜੇ ਸਾਂਪਲਾ ਜੀ ਦੀ ਮੱਤ ਕੀਤੀ ਹੈ, ਤੁਹਾਡੇ ਜਿਹੜੇ ਕਿ ਮੌਜੂਦਾ ਐਮ ਐਲ ਏ ਸੋਮ ਪ੍ਰਕਾਸ਼ ਜੀ ਨਾਲ ਮਤਭੇਦ ਸੀ, ਪਰ ਹੁਣ ਪਿਛਲੇ ਕੁਝ ਸਮੇਂ ਤੋਂ ਤੁਸੀਂ ਸਾਂਪਲਾ ਧੜੇ ਨੂੰ ਛੱਡਦੇ ਹੋਏ ਇਸ ਵੇਲੇ ਖਾਸ ਜੇਕਰ ਮੰਨਿਆ ਜਾਵੇ ਤਾਂ ਸੱਜੀ ਬਾਂਹ ਤੁਹਾਨੂੰ ਮੰਨਿਆ ਜਾਂਦਾ, ਤੁਸੀਂ ਸੋਮ ਪ੍ਰਕਾਸ਼ ਦੀ ਸੱਜੀ ਬਾਂਹ ਹੋ, ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਆ ਇਸ ਵਿੱਚ ਧੜੇਬੰਦੀ ਨੂੰ ਕਿਸ ਤਰ੍ਹਾਂ ਦੇਖੋਗੇ? ਸਾਡੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਧੜੇਬੰਦੀ ਨਹੀਂ ਆ, ਔਰ ਨਾ ਹੀ ਪਹਿਲਾਂ ਕੋਈ ਧੜੇਬੰਦੀ ਸੀ, ਔਰ ਨਾ ਗਾਹਾਂ ਆ। ਅਸੀਂ ਪਾਰਟੀ ਦੇ ਲੰਬੇ ਸਮੇਂ ਤੋਂ ਵਰਕਰ ਹਾਂ, ਔਰ ਅੱਜ ਵੀ ਮੈਨੂੰ ਬੇਸ਼ੱਕ ਪਾਰਟੀ ਨੇ ਪ੍ਰਧਾਨਗੀ ਦਾ ਅਹੁਦਾ ਜ਼ਰੂਰ ਦਿੱਤਾ ਕਿਉਂਕਿ ਕਿਸੇ ਨਾ ਕਿਸੇ ਨੂੰ ਤਾਂ ਅਹੁਦਾ ਜਾਣਾ ਹੀ ਸੀ, ਮੈਂ ਅੱਜ ਵੀ ਉਹੀ ਵਰਕਰ ਹਾਂ ਜੋ ਕੱਲ੍ਹ ਸੀ, ਔਰ ਕੱਲ੍ਹੋਂ ਵੀ ਉਹੀ ਵਰਕਰ ਰਹਾਂਗਾ, ਔਰ ਸਾਡੀ ਪਾਰਟੀ ਵਿੱਚ ਕੋਈ ਵੀ ਧੜੇਬੰਦੀ ਨਹੀਂ। ਮੈਂ ਮਾਣਯੋਗ ਸੋਮ ਪ੍ਰਕਾਸ਼ ਜੀ ਨਾਲ ਪਹਿਲਾਂ ਵੀ ਸੀ, ਅੱਜ ਵੀ ਹਾਂ, ਔਰ ਜੋ ਮੈਨੂੰ ਮਾਣਯੋਗ ਸੋਮ ਪ੍ਰਕਾਸ਼ ਜੀ ਸਾਡਾ ਪਾਰਟੀ ਪ੍ਰਧਾਨ ਜੀ ਆਦੇਸ਼ ਦੇਣਗੇ, ਅਸੀਂ ਮੈਂ ਉਸ 'ਤੇ ਪੂਰੇ ਫੁੱਲ ਚੜ੍ਹਾਵਾਂਗਾ। ਤੁਸੀਂ ਕੀ ਸਮਝੋ, ਕਿਉਂਕਿ ਪਿਛਲਾ ਜੇਕਰ ਇਤਿਹਾਸ ਵੱਲ ਜਾਈਏ ਤਾਂ ਹਮੇਸ਼ਾ ਹੀ ਸ਼ਹਿਰਾਂ ਦੇ ਵਿੱਚ ਸ਼ਹਿਰ ਦੇ ਹਿੰਦੂ ਨੇਤਾਵਾਂ ਦੇ ਚਿਹਰਿਆਂ ਨੂੰ ਇਹ ਪ੍ਰਧਾਨਗੀ ਦਿੱਤੀ ਜਾਂਦੀ ਹੈ, ਪਰ ਇੱਕ ਜੱਟ ਸਿੱਖ ਹੋਣ 'ਤੇ ਤੁਸੀਂ ਪਿੰਡ ਤੋਂ ਹੀ ਬਿਲੋਂਗ ਕਰਦੇ ਹੋ, ਇਹ ਵੀ ਸੂਤਰਾਂ ਤੋਂ ਵੀ ਅਸੀਂ ਜਾਣਕਾਰੀ ਇਕੱਠੀ ਕੀਤੀ ਆ ਅਤੇ ਪਤਾ ਲੱਗਾ ਕਿ ਸੋਮ ਪ੍ਰਕਾਸ਼ ਜੀ ਨੇ ਪੂਰਾ ਜ਼ੋਰ ਲਾ ਕੇ ਤੁਹਾਡੇ 'ਤੇ ਇਹ ਰਾਜਸੀ ਪੱਤਾ ਖੇਡਿਆ, ਕਿਤੇ ਇਹ ਜਿਹੜਾ ਵਿਜੇ ਸਾਂਪਲਾ ਜੀ ਦਾ ਧੜਾ ਆ ਉਹਨਾਂ ਨਾਲ ਤੁਹਾਡੀ ਚੰਗੀ ਸਾਂਝ ਆ, ਉਹਨਾਂ ਨੂੰ ਨਾਲ ਲਿਆਉਣ ਲਈ ਜਾਂ ਇਲੈਕਸ਼ਨਾਂ ਦੇ ਵਿੱਚ ਕੋਈ ਫਾਇਦਾ ਲੈਣ ਲਈ ਕੋਈ ਇਹੋ ਜਿਹੀ ਸੋਚ ਕੇ ਸਾਨੂੰ ਪ੍ਰਧਾਨ ਬਣਾਇਆ? ਨਹੀਂ, ਐਸੀ ਕੋਈ ਗੱਲ ਨਹੀਂ ਹੈ। ਮੈਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਬੀਜੇਪੀ ਦੇ ਵਿੱਚ ਮੈਂ ਐਜ਼ ਏ ਵਰਕਰ ਕੰਮ ਕਰ ਰਿਹਾ, ਵੱਖ ਵੱਖ ਮੈਂ ਅਹੁਦਿਆਂ 'ਤੇ ਵੀ ਰਿਹਾ, ਯੂਥ ਵਿੱਚ ਵੀ ਰਿਹਾ, ਪਿਛਲੇ ਮੰਡਲ ਦਾ ਮੈਂ ਵਾਈਸ ਪ੍ਰਧਾਨ ਵੀ ਰਿਹਾ, ਇਸ ਕਰਕੇ ਜਿਹੜੇ ਤੁਸੀਂ ਕਹਿ ਰਹੇ ਹਾਂ ਵੀ ਧੜਾ ਮੇਰਾ ਕੋਈ ਧੜਾ ਨਹੀਂ, ਮੇਰੇ ਸਾਰੇ ਭਰਾ ਨੇ, ਉਹ ਮੇਰੇ ਅੱਜ ਵੀ ਵੀਰ ਨੇ, ਔਰ ਸਾਡੀ ਰੋਜ਼ ਗੱਲਬਾਤ ਹੁੰਦੀ ਹੈ, ਮੈਨੂੰ ਕੋਈ ਇੱਦਾਂ ਦੀ ਗੱਲ ਨਹੀਂ, ਧੜੇਬੰਦੀ ਸਾਡੇ ਵਿੱਚ ਬਿਲਕੁਲ ਨਹੀਂ, ਇਹ ਐਵੇਂ ਕਹਿਣ ਦੀਆਂ ਗੱਲਾਂ ਹੈ। ਬਹੁਤ ਵੱਡਾ ਚੈਲੇਂਜ ਤੁਹਾਡੇ ਸਾਹਮਣੇ ਆਇਆ ਹੈ, 19 ਸਤੰਬਰ ਨੂੰ ਬਲਾਕ ਸਮਤ ਜ਼ਿਲ੍ਹਾ ਪਰਿਸ਼ਦ ਦੀਆਂ ਇਲੈਕਸ਼ਨਾਂ ਹੋ ਰਹੀਆਂ, ਜੋ ਜਿਹੜੀ ਕਿ ਮੇਨ ਇਲੈਕਸ਼ਨਾਂ ਪਿੰਡਾਂ ਦੀਆਂ ਇਹ ਮੰਨੀਆਂ ਜਾਂਦੀਆਂ ਆ, ਅਤੇ ਸਰਕਾਰ ਮੌਜੂਦਾ ਕਾਂਗਰਸ ਦੀ ਹੈ ਅਤੇ ਤੁਹਾਡੇ 'ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕੀ ਸੋਚਦੇ ਹੋ ਇਸ ਇਲੈਕਸ਼ਨ 'ਤੇ ਕਿਹੋ ਜਿਹੇ ਰੁਝਾਨ ਹੋਣਗੇ ਅਤੇ ਕਿੰਨੀ ਕੁ ਤੁਸੀਂ ਮਿਹਨਤ ਕਰ ਰਹੇ ਹੋ? ਕਿਉਂਕਿ ਮੇਰਾ ਪਹਿਲਾਂ ਪਿੰਡਾਂ ਦੇ ਵਿੱਚ ਕਾਫੀ ਲੋਕਾਂ ਦੇ ਨਾਲ ਤਾਲਮੇਲ ਹੈ, ਔਰ ਅੱਜ ਵੀ ਹੈ, ਰਿਹਾ ਵੀ ਹੈ, ਔਰ ਮੈਂ ਮੈਂਬਰ ਬਲਾਕ ਸਮਤੀ ਵੀ ਰਿਹਾ, ਇਸ ਕਰਕੇ ਸਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਔਰ ਫਗਵਾੜੇ ਦੇ ਵਿੱਚ ਅੱਜ ਵੀ ਸਾਡੀ ਸਰਕਾਰ ਹੈ, ਕਾਰਪੋਰੇਸ਼ਨ ਸਾਡੀ ਹੈ, ਐਮ ਐਲ ਏ ਸਾਹਿਬ ਸਾਡੇ ਨੇ, ਐਮ ਪੀ ਸਾਡੇ ਨੇ ਇੱਥੋਂ, ਔਰ ਅਸੀਂ ਜਿਹੜਾ ਧੜੱਲੇ ਨਾਲ ਇਹ ਚੋਣ ਜਿੱਤ ਕੇ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ, ਸਾਨੂੰ ਕੋਈ ਵੀ ਫਰਕ ਨਹੀਂ ਪਊਗਾ, ਅਸੀਂ ਪੂਰੇ ਤਾਲਮੇਲ ਦੇ ਨਾਲ ਜਿਹੜੀ ਆ ਕਮੇਟੀ ਬਣਾ ਕੇ ਆਪਣੀ ਚੋਣਾਂ ਦੇ ਵਿੱਚ ਜਿਹੜੀ ਹੈਗੀ ਆ ਚੋਣ ਪ੍ਰਚਾਰ ਜਟਾਂਗੇ। ਤੁਹਾਨੂੰ ਤਾਂ ਬੀਜੇਪੀ ਵੱਲੋਂ ਬਹੁਤ ਵੱਡਾ ਮਾਣ ਦੇ ਦਿੱਤਾ ਗਿਆ, ਤੁਸੀਂ ਬਤੌਰ ਇਸ ਵਕਤ ਸੇਵਾ ਕਰ ਰਹੇ ਹੋ ਮੰਡਲ ਪ੍ਰਧਾਨ ਫਗਵਾੜਾ ਦੀ, ਪਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਹੇਠ ਆਪਣੀ ਵੀ ਟੀਮ ਤਿਆਰ ਕਰਨੀ ਹੈ, ਅਤੇ ਮੈਂ ਫਿਰ ਆਪਣੇ ਉਹੀ ਸਵਾਲ 'ਤੇ ਆ ਰਿਹਾ, ਭਾਜਪਾ ਦੀ ਧੜੇਬੰਦੀ ਇਹ ਜੱਗ ਜਾ ਰਿਹਾ ਫਗਵਾੜਾ ਦੇ ਵਿੱਚ, ਕੀ ਜਿਹੜੀ ਆਪਣੀ ਅਗਲੀ ਟੀਮ ਤੁਸੀਂ ਬਣਾਓਗੇ ਉਸ ਵਿੱਚ ਸਾਂਪਲਾ ਧੜੇ ਨੂੰ ਨਾਲ ਲੈ ਕੇ ਚੱਲੂਗੇ, ਜਾਂ ਕਿ ਜੋ ਕਿ ਮਾਣਯੋਗ ਸੋਮ ਪ੍ਰਕਾਸ਼ ਜੀ ਦੀ ਕੋਠੀ ਤੋਂ ਜਿਹੜੀ ਚਿੱਠੀ ਨਿਕਲ ਕੇ ਆ ਗਈ ਲਿਫਾਫੇ ਦੇ ਵਿੱਚ, ਨਾ ਪੈਕ ਹੋ ਗਏ ਤੁਹਾਡੇ ਕੋਲ ਆ ਗਏ ਪ੍ਰਧਾਨ ਸਾਹਿਬ ਲਓ ਜੀ ਆ ਨਾਮ 'ਤੇ ਅਨਾਊਂਸ ਕਰ ਦਿਓ, ਕਿ ਜਾਂ ਫਿਰ ਇਸ ਤਰ੍ਹਾਂ ਹੋਵੇਗਾ? ਨਹੀਂ, ਪਹਿਲੀ ਗੱਲ ਤਾਂ ਮੈਨੂੰ ਤੁਹਾਡੀ ਇਸ ਗੱਲ 'ਤੇ ਹੈਰਾਨ ਕਿ ਤੱਗੜ ਸਾਹਿਬ ਹੋ ਰਹੀ ਹੈ ਵੀ ਤੁਸੀਂ ਵਾਰ ਵਾਰ ਧੜੇਬੰਦੀ ਕਹਿ ਰਹੇ ਹਾਂ, ਔਰ ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਕਹਿ ਰਿਹਾ, ਸਾਡੀ ਪਾਰਟੀ 'ਚ ਕੋਈ ਧੜੇਬੰਦੀ ਨਹੀਂ, ਆਪਣੇ ਪਰਿਵਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਆ, ਔਰ ਸਾਡੇ ਪਰਿਵਾਰ ਦੇ ਅੰਦਰ ਹੀ ਆ, ਔਰ ਅੰਦਰ ਬੈਠ ਕੇ ਅਸੀਂ ਨਿਬੇੜਾਂਗੇ, ਕੋਈ ਵੀ ਧੜੇਬੰਦੀ ਨੂੰ ਪਿੱਛੇ ਕਰਕੇ ਸਾਰਿਆਂ ਨੂੰ ਨਾਲ ਲੈ ਕੇ, ਮਾਣਯੋਗ ਸੋਮ ਪ੍ਰਕਾਸ਼ ਜੀ ਨੇ ਮੈਨੂੰ ਪਹਿਲਾਂ ਹੀ ਕਿਹਾ ਵੀ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਔਰ ਹਰ ਵਰਕਰ ਦਾ ਜੋ ਬਣਦਾ ਹੱਕ ਆ
ਜਿੱਦਾਂ ਕਿ ਮੈਨੂੰ ਇੱਕ ਜ਼ਿਮੀਂਦਾਰ ਪਰਿਵਾਰ 'ਚੋਂ ਮੈਨੂੰ ਇਹ ਮੌਕਾ ਦਿੱਤਾ ਸੇਵਾ ਕਰਨ ਦਾ ਪਾਰਟੀ ਦਾ, ਉਹਨਾਂ ਨੇ ਜੋ ਵੀ ਮੈਨੂੰ ਕਿਹਾ ਵੀ ਜਿਹੜਾ ਵਰਕਰ ਕੰਮ ਕਰਨ ਵਾਲਾ ਜੁਝਾਰੂ ਆ ਉਸ ਨੂੰ ਕਿਸੇ ਧੜੇਬੰਦੀ ਤੋਂ ਪਿੱਛੇ ਕਰਕੇ ਉਸ ਨੂੰ ਪਹਿਲ ਦੇ ਆਧਾਰ 'ਤੇ ਜਿਹੜਾ ਨਾਲ ਲੈ ਕੇ ਪਾਰਟੀ ਨੂੰ ਅੱਗੇ ਅਗਾਂਹ ਵਧੂ ਵਿਚਾਰਾਂ ਨਾਲ ਤੋਰਿਆ ਜਾਵੇ। ਔਰ ਕੋਈ ਧੜੇਬੰਦੀ ਸਾਡੇ ਵਿੱਚ ਨਹੀਂ ਹੈ, ਔਰ ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਪਰ ਸਰ ਤੁਹਾਡੇ ਬਿਆਨਾਂ ਤੋਂ ਹੀ ਧੜੇਬੰਦੀ ਜ਼ਾਹਰ ਹੋ ਰਹੀ ਹੈ, ਕਿਉਂਕਿ ਤੁਸੀਂ ਬਾਬਾ ਕਹਿ ਰਹੇ ਹੋ, ਮਾਣਯੋਗ ਸੋਮ ਪ੍ਰਕਾਸ਼ ਜੀ ਜੋ ਕਹਿਣਗੇ, ਪਰ ਤੁਸੀਂ ਇਹ ਤੱਕ ਇਹ ਨਹੀਂ ਕਿਹਾ ਵੀ ਸਾਡੇ ਮਾਣਯੋਗ ਵਿਜੇ ਸਾਂਪਲਾ ਜੀ ਮੌਜੂਦਾ MP ਆ ਜੋ ਉਹ ਕਹਿਣਗੇ ਜਾਂ ਇਹ ਰਲ ਕੇ ਕਹਿਣਗੇ ਤਾਂ ਉਹ ਕੰਮ ਕੀਤਾ ਜਾਊਗਾ। ਨਹੀਂ, ਇਹ ਤਗੜ ਸਰ ਤੁਹਾਡੇ ਪੁੱਛਣ 'ਤੇ ਡਿਪੈਂਡ ਕਰਦਾ, ਔਰ ਮੇਰੇ ਵੱਲੋਂ ਇਹ ਕੋਈ ਨਹੀਂ। ਵਿਜੇ ਸਾਂਪਲਾ ਜੀ ਨੂੰ ਅਸੀਂ ਵੋਟਾਂ ਪਾ ਕੇ ਬਣਾਇਆ, ਵਿਜੇ ਸਾਂਪਲਾ ਜੀ ਸਾਡੀ ਪਾਰਟੀ ਦੇ ਆ, ਮਾਣਯੋਗ ਸੋਮ ਪ੍ਰਕਾਸ਼ ਜੀ BJP ਦੇ ਆ, ਸਾਡੇ ਵਿੱਚ ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਔਰ ਤਾਲਮੇਲ ਪ੍ਰੋਪਰ ਆ, ਔਰ ਅਸੀਂ ਜਿਹੜਾ ਕੰਮ ਕਰਾਂਗੇ ਪੂਰੀ ਸਲਾਹ ਨਾਲ ਕਰਾਂਗੇ। ਮਾਣਯੋਗ ਸੋਮ ਪ੍ਰਕਾਸ਼ ਜਿੱਦਾਂ ਕਹਿਣਗੇ ਉੱਦਾਂ ਅਸੀਂ ਉਹਨਾਂ ਦੀ ਗੱਲ 'ਤੇ ਫੁੱਲ ਚੜ੍ਹਾਵਾਂਗੇ। ਇਹ ਸਨ ਭਾਜਪਾ ਦੇ ਮੰਡਲ ਪ੍ਰਧਾਨ ਪਰਮਜੀਤ ਚਾਚੂ ਜੀ, ਜਿਹੜੇ ਕਿ ਇਹਨਾਂ ਦੇ ਮੋਢਿਆਂ 'ਤੇ ਹੁਣ ਕਾਫੀ ਵੱਡੀ ਜ਼ਿੰਮੇਵਾਰੀ ਆ ਗਈ ਹੈ, ਮੂਹਰੇ ਇਲੈਕਸ਼ਨਾਂ ਦਾ ਵੀ ਜ਼ੋਰ ਹੈ ਅਤੇ ਆਪਣੀ ਟੀਮ ਵੀ ਅੱਗੇ ਲੈ ਕੇ ਇਹਨਾਂ ਨੇ ਜਾਣੀ ਹੈ, ਅਤੇ ਭਾਜਪਾ ਨੂੰ ਕਿੰਨਾ ਕੁ ਮਜ਼ਬੂਤ ਬਣਾਉਂਦੇ ਆ, ਕਿਉਂਕਿ ਵਾਰ ਵਾਰ ਅੱਜ ਅਖਬਾਰਾਂ ਦੀਆਂ ਸੁਰਖੀਆਂ ਬਹੁਤ ਵੱਡੀਆਂ ਹੈਡਲਾਈਨਾਂ ਵੀ ਦਿੱਤੀਆਂ ਗਈਆਂ ਇੱਕ ਜੱਟ ਸਿੱਖ ਪਰਿਵਾਰ ਨੂੰ ਜਿਹੜਾ ਕਿ ਇਹ ਪ੍ਰਧਾਨਗੀ ਦਿੱਤੀ ਆ। ਕੀ ਇਹ ਇੱਕ ਪੇਂਡੂ ਹੋਣ ਦੇ ਨਾਂ 'ਤੇ, ਇੱਕ ਜੱਟ ਸਿੱਖ ਪਰਿਵਾਰ ਦੇ ਹੋਣ ਦੇ ਨਾਂ 'ਤੇ ਬਾਕੀ ਜਿਹੜੇ ਪਹਿਲਾਂ ਪ੍ਰਧਾਨ ਰਹੇ ਉਹਨਾਂ ਤੋਂ ਵੱਧ ਕੰਮ ਕਰਕੇ ਪਾਰਟੀ ਦੀ ਸੇਵਾ ਕਰਦੇ ਆ, ਇਹ ਇਹਨਾਂ ਦੇ ਹੀ ਕੰਮ 'ਤੇ ਵੇਖਿਆ ਜਾਵੇਗਾ। ਕੈਮਰਾ ਨੇ ਬ੍ਰਜੇਸ਼ ਓਬਰਾਏ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV, ਫਗਵਾੜਾ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।